ਦੇਖੋ ਜੀ 25 ਸਾਲ ਤੋਂ ਇੱਕ ਬਲੱਡ ਬੈਂਕ ਜੋ ਕਿ ਸਾਰੇ ਕੋਟਕਪੂਰਾ ਜਾਂ ਇਹਦੇ ਆਸੇ ਪਾਸੇ ਦੇ ਜਿੰਨੇ ਵੀ ਸਾਡੇ ਨਾਲ ਦੇ ਸ਼ਹਿਰ ਲੱਗਦੇ ਹੈ ਉਹਨਾਂ ਦੀ ਸੇਵਾ ਕਰ ਰਿਹਾ ਅਤੇ ਇੱਕੋ ਦਮ ਜਦੋਂ ਇੱਕ ਅਣਹੋਣੀ ਹੈ ਕਿ ਸਾਡੇ ਬਲੱਡ ਬੈਂਕ ਨੂੰ ਬੰਦ ਕਰ ਦਿੱਤਾ ਜਾਂਦਾ ਤਾਂ ਇੱਕ ਬਹੁਤ ਹੀ ਵੱਡੀ ਇਹ ਮੰਦਭਾਗੀ ਘਟਨਾ ਹੈਗੀ ਹੈ ਜਿਹੜੀ ਸਾਡੇ ਨਾਲ ਇਹ ਵਾਪਰਦੀ ਪਈ ਹੈ, ਕਿਉਂਕਿ ਸਭ ਤੋਂ ਜ਼ਿਆਦਾ ਜੋ ਖੂਨਦਾਨ ਹੈ ਉਹ ਕੋਟਕਪੂਰਾ ਦੇ ਇਲਾਕੇ ਦੇ ਲੋਕ ਕਰਦੇ ਪਏ ਹੈ। ਪਿਛਲੇ 10 ਸਾਲਾਂ ਤੋਂ ਵੇਖੀਏ ਤਾਂ ਇੱਥੇ ਸਾਡੇ ਕੋਲ ਉਹੋ ਜਿਹੇ ਸੂਰਵੀਰ ਮੌਜੂਦ ਹੈ ਦਵਿੰਦਰ ਨੀਟੂ ਜੀ ਵਰਗੇ, ਜਿਨ੍ਹਾਂ ਨੇ 104 ਵਾਰ ਆਪਦਾ ਖੂਨ ਦਿੱਤਾ ਹੈ, ਅਤੇ ਉਹੋ ਜਿਹੀਆਂ NGO ਸਾਡੇ PBG ਵੈਲਫੇਅਰ ਕਲੱਬ ਵਰਗੇ NGO ਉਹ ਮੌਜੂਦ ਹੈ ਜਿਨ੍ਹਾਂ ਨੇ 5000 ਤੋਂ ਜ਼ਿਆਦਾ ਬਲੱਡ ਡੋਨੇਸ਼ਨ ਕੀਤੀ ਹੈ, ਅਤੇ ਅੱਜ ਉਸੇ ਬਲੱਡ ਬੈਂਕ ਨੂੰ ਬੰਦ ਕੀਤਾ ਜਾਂਦਾ ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਉਸ ਦੇ ਨਾਲ ਹੀ ਜਿਹੜਾ ਸਾਡਾ ਸਿਵਲ ਹਸਪਤਾਲ ਹੈ ਇਸ ਦੇ ਵਿੱਚ ਇੱਕ ਡਾਇਲਸਿਸ ਸੈਂਟਰ ਹੈ, ਗਾਇਨੀ ਦੇ ਓਪਰੇਟ ਇੱਥੇ ਹੁੰਦੇ ਹੈ, ਇੱਥੇ ਹੱਡੀਆਂ ਦੇ ਓਪਰੇਸ਼ਨ ਵੀ ਹੁੰਦੇ ਹੈ, ਅਤੇ ਇੱਕੋ ਦਮ ਜੇ ਬਲੱਡ ਬੈਂਕ ਬੰਦ ਹੁੰਦਾ ਤਾਂ ਉਹ ਸਾਰੇ ਦੇ ਸਾਰੇ ਕੰਮ ਇੱਥੇ ਰੁਕ ਜਾਣਗੇ। ਸਾਨੂੰ ਦੁੱਖ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਜਿਹੜੇ ਡਾਇਲਸਿਸ ਹੋ ਰਹੇ ਸੀ ਉਹ ਵੀ ਇਹਦੇ ਕਰਕੇ ਬੰਦ ਹੋ ਚੁੱਕੇ ਹੈ। ਜੇ ਉਹ ਵਿਚਾਰੇ ਡਾਇਲਸਿਸ ਕਰਾਉਣ ਆਉਂਦੇ ਆ ਤਾਂ ਉਹਨਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਬਲੱਡ ਲਿਆਉਣਾ ਪੈਂਦਾ ਹੈ ਜਾਂ ਸ਼ਹਿਰ ਤੋਂ ਬਾਹਰ ਜਾ ਕੇ ਆਪਣੀ ਡਾਇਲਸਿਸ ਕਰਾਉਣੀ ਪੈਂਦੀ ਹੈ, ਜੋ ਕਿ ਬਿਲਕੁਲ ਫ੍ਰੀ ਸੀ ਅਤੇ ਇਸ ਦੇ ਨਾਲ ਹਰ ਪਾਸੋਂ ਇਕੱਲੇ ਬਲੱਡ ਦੇ ਕਰਕੇ ਹਰ ਪਾਸੋਂ ਉਹਨਾਂ ਦਾ ਲੋਸ ਹੋ ਰਿਹਾ। ਸਰ ਜੇ ਅੱਜ ਜਿਹੜੀ ਤੁਸੀਂ ਭੁੱਖ ਹੜਤਾਲ ਕੀਤੀ ਹੈਗੀ ਆ, ਮੰਨ ਲਓ ਜੇ ਕੋਈ ਗੱਲ ਅੱਗੇ ਵਧਦੀ ਨਹੀਂ ਹੈ ਬਲੱਡ ਬੈਂਕ ਬਾਰੇ ਤਾਂ ਫਿਰ ਅੱਗੇ ਕੀ ਤੁਹਾਡਾ ਐਕਸ਼ਨ ਹੋਊ? ਦੇਖੋ ਜੀ, ਅਸੀਂ ਇੱਕ ਵਾਰ ਲੜੀਵਾਰ ਭੁੱਖ ਹੜਤਾਲ 'ਤੇ ਬੈਠੇ ਹਾਂ ਜੋ ਕਿ 24 ਘੰਟਿਆਂ ਦੀ ਚੱਲੂਗੀ, ਬਟ ਜੇ ਸਾਡੀ ਨਾ ਸੁਣਵਾਈ ਹੋਈ ਤਾਂ ਇਸ ਨੂੰ ਅਸੀਂ ਮਨਮਰਤ ਤੱਕ ਬਦਲਾਂਗੇ, ਕਿਉਂਕਿ ਅਸੀਂ ਜਾਨ ਦੇਣ ਨੂੰ ਤਿਆਰ ਹਾਂ ਮਗਰ ਬਲੱਡ ਬੈਂਕ ਛੱਡਣ ਨੂੰ ਅਸੀਂ ਨਹੀਂ ਤਿਆਰ। ਜਿੰਨੀ ਦੇਰ ਬਲੱਡ ਬੈਂਕ ਨਹੀਂ ਚੱਲੂਗਾ ਅਸੀਂ ਪਿੱਛੇ ਨਹੀਂ ਹਟਾਂ। ਅਸੀਂ ਪਹਿਲਾਂ ਬਲੱਡ ਬੈਂਕ ਤੋਂ ਕੁਛ ਮਹੀਨਿਆਂ ਤੋਂ, ਪਹਿਲੀ ਗੱਲ ਤਾਂ ਮੈਂ ਦੱਸਦਾ 6 ਮਹੀਨੇ ਤੋਂ ਉੱਥੋਂ ਜਿਹੜੇ ਪਿਛਲੇ ਬਲੱਡ ਬੈਂਕ ਦੇ ਇੰਚਾਰਜ ਹੈ BTO ਸਾਹਿਬ ਰਿਟਾਇਰ ਹੋ ਚੁੱਕੇ ਆ, ਇਸੇ ਕਿਸੇ ਸਮਾਜ ਸੇਵੀ ਜਥੇ ਬੰਦੇ ਨੇ ਕੋਈ ਧੱਕਾ ਨਹੀਂ ਕੀਤਾ, ਨਾ ਕੋਈ ਮੁਲਾਜ਼ਮਾਂ ਦੀ ਅਣਗਹਿਲੀ ਹੈ, ਨਾ ਕੋਈ ਬਲੱਡ ਬੈਂਕ ਦੇ ਓਬਜੈਕਸ਼ਨ ਹੈ। ਸਿਰਫ ਇੱਥੇ BTO ਨਾ ਹੋਣ ਕਰਕੇ CM ਨੇ ਇੱਕ ਗਲਤ ਹੁਕਮ ਜਾਰੀ ਕਰ ਦਿੱਤੇ ਵੀ ਇੱਥੇ ਖੂਨ ਲੈਣਾ ਬੰਦ ਕਰ ਦਿਓ, ਇੱਥੇ ਬਲੱਡ ਸਟੇਸ਼ਨ ਬੰਦ ਹੋ ਗਈ। ਉਸ ਤੋਂ ਬਾਅਦ ਇਹਨਾਂ ਨੇ CM ਨੇ ਇੱਕ ਹੋਰ ਹੁਕਮ ਜਾਰੀ ਕਰਤਾ, ਇੱਥੇ ਬਲੱਡ ਦੇਣਾ ਬੰਦ ਕਰ ਦਿਓ। ਹੁਣ ਬਲੱਡ ਨਾ ਜੇ ਇੱਥੇ ਲੈ ਰਹੇ ਅਤੇ ਨਾ ਦੇ ਰਹੇ ਆ, ਅਤੇ ਇਹਨੂੰ ਬਲੱਡ ਸਟੋਰੇਜ ਬਣਾਉਣ ਦੀਆਂ ਸਾਜ਼ਿਸ਼ਾਂ ਚੱਲ ਪਈਆਂ, ਕਾਗਜ਼ੀ ਕਾਰਵਾਈ ਚੱਲਣ ਲੱਗ ਪਈ ਸੀ। ਜਦੋਂ ਸਾਨੂੰ ਪਤਾ ਲੱਗਿਆ ਅਸੀਂ ਇਹਨਾਂ ਨੂੰ ਬੇਨਤੀਆਂ ਕੀਤੀਆਂ, ਸਰਕਾਰ ਦੇ ਬਾਰੇ ਵੀ ਗਏ, ਸਪੀਕਰ ਸਾਹਿਬ ਕੋਲ ਵੀ ਗਏ, ਅਤੇ ਤੁਸੀਂ ਵੀ ਅਖਬਾਰਾਂ 'ਚ ਪੜ੍ਹਿਆ ਸੁਣਿਆ ਹੋਣਾ ਵੀ ਇੱਥੇ BTO ਲਗਾ ਦਿੱਤਾ ਗਿਆ, ਪਰ ਕਈ ਦਿਨਾਂ ਤੋਂ BTO ਨਹੀਂ ਆਇਆ। ਪਰਸੋਂ ਜਦੋਂ ਅਸੀਂ ਫਿਰ ਇੱਥੇ ਉਸ ਧਰਨੇ 'ਤੇ ਬੈਠੇ ਸੀ ਉਦੋਂ ਫਿਰ ਇਹ ਗੱਲ ਆ ਗਈ ਵੀ ਇੱਥੇ BTO ਲਗਾ ਦਿੱਤਾ ਗਿਆ। ਪਰ ਤੁਸੀਂ ਅੱਜ ਜਾ ਕੇ ਬਲੱਡ ਬੈਂਕ ਦੇ ਕੋਲ ਹੀ ਅਸੀਂ ਬੈਠੇ ਹਾਂ ਸਿਵਲ ਹਸਪਤਾਲ 'ਚ, ਅਤੇ ਬਲੱਡ ਬੈਂਕ 'ਚ BTO ਆਇਆ ਹੋਵੇ ਤਾਂ ਅਸੀਂ ਜ਼ਿੰਮੇਵਾਰ ਹਾਂ। ਜਦੋਂ ਵੀ BTO ਆ ਜੂਗਾ ਅਸੀਂ ਭੁੱਖ ਹੜਤਾਲ ਖਤਮ ਕਰ ਦਾਂਗੇ, ਪਰ ਜੇ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਨੇ ਕੋਈ ਨਾ ਕੀਤਾ ਇਸ ਤਰ੍ਹਾਂ ਦਾ ਕੰਮ ਤਾਂ ਅਸੀਂ ਜਿਹੜਾ ਇਹਨੂੰ ਭੁੱਖ ਹੜਤਾਲ ਨੂੰ ਮਰਨ ਵਰਤੇ ਬਦਲ ਦਾਂਗੇ। ਪਰ ਇਹ ਨਾ ਸੋਚਣ ਸਿਹਤ ਭਾਗ ਵਾਲੇ ਅਸੀਂ ਅੱਜ ਭੁੱਖ ਹੜਤਾਲ 'ਤੇ ਬੈਠੇ ਤਾਂ 2 ਵਜੇ ਇਸ ਨੂੰ ਛੱਡ ਕੇ ਚਲੇ ਜਾਵਾਂਗੇ, ਸਾਰਾ ਦਿਨ ਰਾਤ ਦਾ ਧਰਨਾ ਇੱਥੇ ਪੱਕਾ ਹੈ, ਸਾਡੇ ਸਾਥੀ ਨਾਲ ਤਿਆਰ ਬੈਠੇ ਆ, ਹੁਣ ਅਸੀਂ ਪੱਕੇ ਡੇਰੇ ਲਾ ਲਏ ਆ, ਅਸੀਂ ਉਦੋਂ ਹੀ ਉੱਠਾਂਗੇ ਇੱਥੋਂ ਜਦੋਂ ਬਲੱਡ ਬੈਂਕ ਚਾਲੂ ਹੋ ਜਾਊਗਾ, ਜਿਸ ਦਿਨ ਇਹਨਾਂ ਦੀ BTO ਜੁਆਇਨ ਕਰ ਲੂ ਇੱਥੇ, ਉਸ ਤੋਂ ਬਾਅਦ ਅਸੀਂ ਵਾਅਦਾ ਕਰਦੇ ਹਾਂ ਵੀ ਬਲੱਡ ਬੈਂਕ 'ਚ ਖੂਨ ਨਹੀਂ, ਅਸੀਂ ਭੁੱਖ ਹੜਤਾਲ ਤੋਂ ਉੱਠ ਕੇ ਖਾ ਪੀ ਕੇ ਅਸੀਂ ਬਲੱਡ ਅਸੀਂ ਆਪ ਖੁਦ ਤੋਂ ਮੈਂ ਦੇਵਾਂਗਾ ਬਲੱਡ, ਮੇਰੇ ਯਾਰ ਦੋਸਤ ਜਿਹੜੇ ਇੱਥੇ ਬੈਠੇ ਆ ਅਸੀਂ ਬਲੱਡ ਦੇਵਾਂਗੇ, ਅਸੀਂ ਸ਼ਹਿਰ ਵਾਸੀਆਂ ਨੂੰ ਮੈਸੇਜ ਪਾ ਦਾਂਗੇ ਵੀ ਬਲੱਡ ਬੈਂਕ ਮੁੜ ਚਾਲੂ ਹੋ ਗਿਆ ਅਤੇ ਅਸੀਂ ਖੂਨ ਦੀ ਪੂਰਤੀ ਉਵੇਂ ਹੀ ਚਾਲੂ ਕਰ ਦਾਂਗੇ।